ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਕਠਿਆਲਾ, ਤਹਿਸੀਲ ਡੇਰਾ ਬਾਬਾ ਨਾਨਕ ਅਤੇ ਜ਼ਿਲ੍ਹਾ ਗੁਰਦਾਸਪੁਰ ਉੱਤਮ ਸਿੰਘ ਹੋਣਾਂ ਕੋਲ ਆਪਾਂ ਪਹੁੰਚੇ ਹਾਂ, ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਕਾਫੀ ਗਿਣਤੀ 'ਚ ਪਸ਼ੂ ਜਿਹੜੇ ਤੁਹਾਨੂੰ ਦਿਖਾਉਣੇ ਆ, 10 ਤੋਂ ਪਲੱਸ ਹੀ ਪਸ਼ੂ ਜਿਹੜੇ ਤੁਹਾਨੂੰ ਦਿਖਾਵਾਂਗੇ। ਹਾਂ ਦੇਖ ਸਕਦੇ ਜੇ, ਇਹ ਸਾਰੇ ਪਸ਼ੂ ਪਕਾਊ ਆ, ਇੱਕ ਗਾਂ ਅੰਦਰ ਵੀ ਬੱਜੀ ਆ ਉਹ ਵੀ ਪਕਾਊ ਆ, ਅੱਜ ਦੇ ਕੋਈ ਖੁੱਲੀ ਕੁੰਡਾ ਵਿਹਲਾ ਛੱਡਿਆ ਨਹੀਂ ਵੀਰ ਜੀ ਉਹਨਾਂ ਨੇ। ਹਾਂ ਦੇਖ ਸਕਦੇ ਜੀ, ਅੰਦਰ ਤੱਕ ਇੱਕ ਵਾਰੀ ਤੁਹਾਨੂੰ ਦਿਖਾ ਦਈਏ ਸਾਰੇ। ਆਹ ਬੱਚੇ ਵੀ ਇੱਕ ਵਾਰੀ ਦੇਖ ਸਕਦੇ ਜੀ, ਇੱਕ ਪੂਰਾ ਬੱਚਾ ਬੜਾ ਸੋਹਣਾ ਜੀ ਵੀਰ ਜੀ, ਪੂਰਾ ਕੱਟਾ ਕੱਟੀ ਜੀ, ਇਹ ਦੋਵੇਂ ਕੱਟੇ ਹੀ ਆ। ਹਾਂ ਦੇਖ ਸਕਦੇ, ਅਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀਰ ਜੀ ਉਹਨਾਂ ਨਾਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਵਧੀਆ ਵਧੀਆ, ਤੁਸੀਂ ਦੱਸੋ। ਚਲੋ ਵਧੀਆ ਚਾਹੀਦਾ ਜੀ, ਅੱਜ ਤਾਂ ਕੋਈ ਕੁੰਡਾ ਵੇਲਾ ਛੱਡਿਆ ਹੀ ਨਹੀਂ ਜੇ। ਦੇਖੋ ਜੀ, ਉਹ ਤਾਂ ਵਾਹਿਗੁਰੂ ਦੀ ਕਿਰਪਾ ਜੀ, ਉਹ ਹੀ ਕੁੰਡੇ ਭਰਨ ਵਾਲਾ ਵੀ ਉਹੀ ਆ, ਸਾਰੇ ਕੰਮ ਹੀ ਉਹਦੀ ਕਿਰਪਾ ਨਾਲ ਹੀ ਚੱਲਦੇ ਆ। ਹਾਂਜੀ ਹਾਂਜੀ, ਚਲੋ ਜੀ, ਤੁਹਾਨੂੰ ਪਤਾ ਹੀ ਆ, ਇਕਲੇ ਚੱਲਦੀ ਰਹਿੰਦੀ, ਕਿਸੇ ਦਿਨ ਸਾਰੇ ਕੁੰਡੇ ਭਰੇ ਹੁੰਦੇ ਆ। ਹਾਂਜੀ, ਕਿਸੇ ਦਿਨ ਜੇਕਰ ਇੱਕ ਪਸ਼ੂ ਵੀ ਨਾ ਹੋਏ। ਹਾਂਜੀ ਹਾਂਜੀ, ਮੁੱਲ ਲਿਆਉਣਾ ਪਏ ਭਾਈ। ਠੀਕ ਆ, ਠੀਕ। ਚਲੋ ਨਾਮ ਦੱਸ ਦਿਓ ਕਰੀ ਆਪਣਾ। ਸਾਡਾ ਨਾਮ ਗੁਰਦੇਵ ਸਿੰਘ ਵਪਾਰੀ। ਹਾਂਜੀ, ਪਿੰਡ ਕਠਿਆਲਾ, ਤਹਿਸੀਲ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ ਜੀ। ਠੀਕ ਹੈ ਜੀ। ਨੰਬਰ 9995 5376 7701, ਇੱਕ ਨੰਬਰ 9145 5656। ਠੀਕ ਆ, ਤੇ ਸਾਰਾ ਹੀ ਮਾਲ ਵਿਕਾਊ ਏ? ਸਾਰਾ ਵਿਕਾਊ ਮਾਲ ਜੇ, ਤੇ ਵੈਰਾਈਟੀ ਵੀ ਸਾਰੀ ਜੇ। ਵੈਰਾਈਟੀ ਸਾਰੀ ਆ, ਕੋ ਵੀਡੀਓ ਜ਼ਰੂਰ ਪੂਰੀ ਜ਼ਰੂਰ ਵੇਖੇ ਹਨਾ। ਅੱਜ ਇੱਕ ਵੀਡੀਓ ਪੂਰੀ ਵੇਖੇਗਾ ਸਾਰੀ, ਤੇ ਇੱਕ ਗਿਫਟ ਦੇਣਾ ਚਾਹਾਂ। ਅੱਛਾ, ਹਾਂਜੀ ਠੀਕ ਆ, ਵੀਡੀਓ ਪੂਰੀ ਜ਼ਰੂਰ ਵੇਖੇ ਵੱਡੇ ਛੋਟੇ ਭਾਂ। ਦੇਖੋ ਜੀ, ਆਪਾਂ ਚੀਜ਼ ਉਹ 15-20 ਹਜ਼ਾਰ ਦੀ ਆ। ਅੱਛਾ, ਪਰ ਆਪਾਂ 6 ਹਜ਼ਾਰ ਦੇ ਦੇਣੀ ਆ, 6 ਲੀਟਰ ਦੁੱਧ ਆ। ਅੱਛਾ, 6 ਲੀਟਰ ਵਾਲੀ 6 ਹਜ਼ਾਰ ਦੀ ਦੇਣੀ ਆ। ਠੀਕ ਆ, ਚਲੋ ਸ਼ੁਰੂਆਤ ਫਿਰ ਜਿਹੜੀ ਆ ਪਹਿਲੇ ਨੰਬਰ ਤੇ ਝੋਟੀ ਆ ਤੋਂ ਹੀ ਆਪਾਂ ਕਰਨੀ ਆ। ਕਿੰਨਵਾਂ ਸੂਆ ਜੀ ਵਿੱਚ ਇਹਦਾ? ਦੂਜੇ ਦੂਜਾ ਸੂਆ ਜਾ ਕੇ ਝੋਟੀ ਦਾ। ਅੱਛਾ, ਕੋਈ ਸੂਣ ਚ ਵੇਖੋ, ਕੋਈ ਹਫਤਾ ਲੈ ਜੇ, 10 ਦਿਨ ਲੈ ਜੇ। ਅੱਛਾ, ਬਣੇਗੀ ਝੋਟੀ, ਬਾਕੀ ਲਹੂ ਚ ਪਲੀ ਜੁੜੀ ਆ। ਠੀਕ ਹੈ ਜੀ, ਤੇ ਪਸ਼ੂ ਵੀ ਅਜੇ ਕਾਫੀ ਜਲ, ਤੁਹਾਨੂੰ ਖੋਲ ਕੇ ਸੁਣਨੇ ਆ ਪਹਿਲਾਂ ਸਵੇਰੇ ਨਾਲ। ਦੁੱਧ ਕਿੰਨਾ ਚਵਾਈ ਜਾਓਗੇ ਵਿੱਚ ਜੀ? ਦੁੱਧ ਵਿੱਚ ਭਰੇਗੀ ਸੂਆ 16-17 ਲੀਟਰ ਦੇ ਕਰੀਬ ਜਿਹੜਾ ਦੁੱਧ ਕਹਿੰਦੇ ਚਵਾ ਦੂਗੀ। ਬਾਕੀ ਫੁਲਕਾਰੀਆਂ ਵੀ 2 ਪਾਈਆਂ ਵਾ ਇਹਦੇ ਤੇ, 1 ਪੂਰੀ ਨਹੀਂ ਆਈ। ਚੰਗੇ ਪਿੱਠ ਪੁੜੇ ਵਾਲੀ ਆ ਜਿਹੜੀ। ਹਾਂ ਦੇ ਸਕਦੇ, 1 ਅੱਗੇ ਪਾਈ ਫੁਲਕਾਰੀ ਤੇ 1 ਪਿੱਛੇ। ਬਾਕੀ ਚੰਗੀ ਝੋਟੀ ਆ ਜਿਹੜੀ, ਪੂਰੇ ਭਾਰੇ ਪੱਲੇ ਦੀ ਝੋਟੀ ਆ, ਅਜੇ ਗੱਬਣ ਆ, ਚੰਗੀ ਤਿਆਰ ਹੋ ਗਈ ਸੌਣ ਤੱਕ। ਤੇ ਕੀ ਰੱਖੀਏ ਵੀਰ ਜੀ ਫਿਰ ਇਹਦਾ ਮੁੱਲ? ਆਪਾਂ ਵੀਰ ਜੀ ਵੇਖੋ, ਜਿੱਦਾਂ ਦੀ ਝੋਟੀ ਆ, ਹਾਂਜੀ, ਤਾਂ ਆਪਣੇ ਪਲੀ ਜੁੜੀ ਆ ਝੋਟੀ ਦੇ, ਮੁੱਲ ਸਾਡਾ ਵੀ ਜਿਹੜਾ 1.5 ਲੱਖ ਕਰ ਦਈਏ। ਹਾਂਜੀ, ਨਾਰਮਲ ਵੀ ਕਰੀਏ 1-20 ਦੀ ਆ। ਹਾਂਜੀ, ਨਹੀਂ ਆਪਾਂ ਲੱਖਾਂ ਅੰਦਰ ਹੀ ਦੇਣੀ ਆ। ਅੱਛਾ, ਹਾਂਜੀ ਹਾਂਜੀ, ਕਿੰਨੀ ਅੰਦਰ ਦੇ ਦੇਣੀ ਜੀ? 96 ਹਜ਼ਾਰ ਦੀ ਦੇਵਾਂਗੇ। 96 ਹਜ਼ਾਰ ਦੀ? ਹਾਂਜੀ। ਛੋਟ ਕਰ ਦੋਗੇ ਮੌਕੇ ਤੇ? ਹੋਰ ਛੋਟ ਹੋਣੇ ਕਰ ਦਿੰਦੇ, ਪਰ ਇੱਕ ਵਾਰੀ ਫੁਲਕਾਰੀ ਲਾ ਕੇ ਦੇਖੋ ਝੋਟੀ, ਆਪੇ ਵੀ ਅੱਜ ਕੱਲ੍ਹ ਟੂਟੇ ਕਰਨ ਵਾਲੀ ਹੈਗੀ ਹੈ ਜੀ। ਵੇਖੋ, ਠੀਕ ਹੈ, ਦੱਸਾਂ ਵੀ ਆ ਕੇ ਵੀਰ ਨੇ ਥੋੜ੍ਹੀ ਜਿਹੀ ਉੱਦਾਂ ਦੀ। ਵੇਖੋ ਇੱਕ ਵਾਰੀ ਫੇਰ ਦਿਲਾ, ਠੀਕ ਹੈ ਵੀਰ ਜੀ। ਕੀ ਰੱਖੀਏ ਵੀਰ ਜੀ ਫਿਰ? ਕਿੰਨੇ 96 'ਚ ਕਰਨੀ ਸ਼ੋਰਟ ਫਿਰ?
ਚੰਗੀ ਝੋਟੀ ਤਿਆਰ ਹੋਣੀ ਆ ਤੇ ਹੁਣ ਇੱਕ ਸੂਈ ਸਵਾਈ ਜੇ ਇਹਦੇ ਮਗਰ ਕੱਟਾ ਜੇ ਬੱਚੇ ਆਪਾਂ ਪਹਿਲਾਂ ਹੀ ਤੁਹਾਨੂੰ ਅੰਦਰ ਵਿਖਾਤੇ ਆ ਤੇ ਕਿੰਨਾ ਦੁੱਧ ਤਿਆਰ ਜੇ ਇਹਦੇ ਕੋਲ ਹੁਣ 8 ਲੀਟਰ ਤੋਂ ਬਾਹਰ ਹੀ ਜਿਹੜਾ ਕਹਿੰਦੇ ਕਿ ਹੋਊਗਾ ਤੇ 11-12 ਲੀਟਰ ਦੇ ਕਰੀਬ ਜਿਹੜਾ ਕਹਿੰਦੇ ਚਵਾਈ ਜਾਊਗੀ ਬਾਕੀ ਵੀਡੀਓ ਪੂਰੀ ਜ਼ਰੂਰ ਵੇਖਿਓ ਅੱਜ ਸਾਰੀ ਵਰਾਇਟੀ ਦੇ ਪਸ਼ੂ ਤੁਹਾਨੂੰ ਵਿਖਾਉਣੇ ਅੱਜ ਤੇ ਇਹਦਾ ਕੀ ਮੁੱਲ ਵੀਰ ਜੀ ਫਿਰ ਇਹਦੇ ਮਗਰ ਪੂਰਾ ਕੱਟਾ ਹਨਾ ਕਿੰਨੇ ਦਿਨ ਹੋਏ ਇਹਨੂੰ ਸੂਈ ਨਾ ਇਹਨੂੰ ਵੀ ਅੱਜ ਕੋਈ 7 ਦਿਨ ਹੋ ਗਏ ਆ ਤੇ ਦੁੱਧ ਕਿੰਨਾ ਜੇ ਦੇਖੋ ਦੁੱਧ ਦੇਖੋ 7 ਲੀਟਰ ਜੇ ਅੱਛਾ ਹਾਂਜੀ ਹਾਂਜੀ ਤੇ ਕਿੰਨਾ ਚਵਾਈ ਜਾਊਗੀ ਦੁੱਧ 10,000 ਲੀਟਰ ਭਰੀ ਜਾਏਗੀ ਕੋਈ ਸੇਵਾ ਵੀਰ ਕਰੇਗਾ ਤੋਰੋ ਫਿਰ ਇੱਕ ਵਾਰੀ ਬਾਕੀ ਸਿੰਘ ਥੋੜਾ ਜਿਹਾ ਪਛਾਣ ਹੋਊਗਾ ਦਸ ਕੁ ਲੀਟਰ ਦੇ ਕਰੀਬ ਜਿਹੜੇ ਵੀ ਕਹਿੰਦੇ ਚਵਾਈ ਜਾਊਗੀ ਤੇ ਕੀ ਰੱਖੀਏ ਵੀਰ ਜੀ ਫਿਰ ਇਹਦਾ ਮੁੱਲ ਆਪਾਂ ਵੀਰ ਜੀ ਤੁਹਾਨੂੰ ਪਤਾ ਪੂਰੀ ਲੱਭਦੀ ਘੱਟ ਆ ਤਾਂ ਹਾਂਜੀ ਹਾਂਜੀ ਕਹਿੰਦੇ ਨੇ ਤੁਸੀਂ ਇਕੱਲੇ ਤੇ ਪੂਰੀਆਂ ਵਧੀਆਂ ਜੀ ਹਾਂਜੀ ਹਾਂਜੀ ਆਪਾਂ ਇਹ 10 ਵੀ ਵਧੀਆਂ ਨੂੰ ਪੂਰੀ ਇੱਕ ਮਕਾ ਲਈ ਆ ਠੀਕ ਆ ਹਾਂਜੀ ਹਾਂਜੀ ਪਰ ਮੁੱਲ ਆਪਾਂ ਤਾਂ ਨਾਰਮਲੀ ਅੱਜ ਕਰ ਦੇਣਾ ਕਿੰਨਾ ਇਹਦਾ 60 ਵੀ ਨਹੀਂ ਕਰਨਾ 65 ਵੀ ਨਹੀਂ ਕਰਨਾ ਕਿੰਨਾ 58 ਨਾ ਨਾ 58 ਵੀ ਨਹੀਂ 57 57 ਵੀ ਨਹੀਂ 56 ਨਾ 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 ਡਾਊਨ ਹੀ ਸੁੱਟ ਦੇਣੀ 55 ਨਹੀਂ 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 ਹੋਰ ਠਾਂ ਜੀ 54 ਨਾ ਨਹੀਂ ਤੁਸੀਂ ਸੋਚੇ ਨਹੀਂ ਹੋਏਗਾ ਘਟਾਈ ਜਾ ਜਿੰਨੇ ਮਰਜ਼ੀ ਆ 53 ਆਫਰ ਹੀ ਇਹ ਵੀ ਸੋਚੋ ਤੁਸੀਂ ਨਾ 50 ਨਾ ਨਾ 50 ਦਵਿੰਦਰ ਦੇ ਦੇਣੀ ਆ ਜੀ ਕਿੰਨਾ 1,000 ਹੋਰ ਛੱਡ ਦਾਂਗੇ 50 ਦਾ ਅੱਛਾ ਜੇ ਜਾਇਗਰ ਹੋਰ 2,000 ਛੱਡ ਦਾਂਗੇ 48,000 ਦੀ ਦੇ ਦਾਂਗੇ 47,000 ਦੀ ਜੀ ਇਹਨਾਂ ਦੀ ਭਾਵੇਂ ਸੁਆ ਚੌਂਕ ਕੇ ਕੋਈ ਦੇਣ ਦੀ ਦੇ ਦੇ ਅੱਛਾ ਹਾਂਜੀ 47,000 ਦੀ ਪੂਰੀ ਮੱਝ ਦੇ ਦੇਣੀ ਹੈ ਮੱਝ ਤਾਜੀ ਸੀ ਬਿਲਕੁਲ ਠੀਕ ਹੈ ਜੀ ਤੇ ਗਾਵਾਂ ਵਿਖਾਈਏ ਫਿਰ ਨਾ ਆਪਾਂ ਗਾਵਾਂ ਤੇ ਜਿਹੜੀ ਹੁਣ ਆਵਲੀ ਗਾਂ ਤਾਂ ਦੇਖੋ ਅੱਛਾ ਰਾਤੀ ਸੂਈ ਆ ਤੇ ਬੱਚਾ ਕੀ ਇਹਦੇ ਮਗਰ ਬੱਚਾ ਮਗਰ ਵਛਾ ਆ ਗਿਆ ਜੀ ਅੱਛਾ ਉਹ ਸਾਹਮਣਾ ਕਾਲਾ ਵਛਾ ਜਿਹੜਾ ਹਾਂਜੀ ਰਾਤੀ ਸੂਈ ਬਿਲਕੁਲ ਤੇ ਫਿਰ ਪਹਿਲਾਂ ਵਛੀ ਜਾਂ ਠੰਡੀ ਤੇ ਰੇਤ ਦੇ ਵੇਖੋ ਠੀਕ ਆ ਇਹਦੇ ਲਾਤ ਨਹੀਂ ਗਾਂ ਬੜਾ ਕਮਾਲ ਦਾ ਜਿਹੜਾ ਇਹਦੇ ਕੋਲ ਕਿੰਨਾ ਕੁ ਵੀਰ ਜੀ ਦੁੱਧ ਚਵਾਈ ਜਾਊਗੀ ਇਹ ਦੇਖੋ ਵੀਰ ਜੀ ਜੇ ਦਾਦੀ ਵਛੀ ਆ ਉਹ ਬੱਚੇ ਦਾ ਬੱਚੇ ਦਾ ਥੋੜਾ ਜਿਹਾ ਭੱਜ ਕੇ ਜਾਂਦੀ ਰਾਤੀ ਸੂਈ ਆ ਚਲੋ ਲੈ ਜਾਓ ਬਾਹਰ ਵੇਖੋ ਵੀਰ ਜੀ ਤਾਂ ਵਛੀ ਆ ਵੇਖੋ ਜਦ ਤਾਂ ਤੋਂ ਲੱਗਾ ਦਾ ਨੋਕਲਾ ਵਧੀਆ ਵੀ ਆ ਵੀ ਦੱਸਦਾ ਆ ਸਾਰੇ ਅੱਛਾ ਠੀਕ ਆ ਪਹਿਲੇ ਸੋਏ ਥਾਣੇ ਵਿੱਚ ਕੱਢੇ ਕਮਾਲ ਦਾ
ਬੰਦ ਹੋਏ ਜੀ। ਬਾਕੀ ਪਹਿਲਾਂ ਸੂਆ ਸੂਈ ਆ, ਤਾਜ਼ੀ ਸੂਈ ਆ, ਥਣ ਹਵਾਨੇ ਦੀ ਬੜੀ ਸਫਾਈ ਆ, ਥਣ ਦੇਖ ਸਕਦੇ ਹੋ ਤੁਸੀਂ। ਬੱਚੇ ਵੱਲ ਨੂੰ ਥੋੜ੍ਹਾ ਜਿਹਾ ਜ਼ਿਆਦਾ ਜਾਂਦੀ ਆ। ਅਤੇ ਕੀ ਰੱਖੀਏ ਵੀਰ ਜੀ ਫਿਰ ਇਹਦਾ ਮੁੱਲ ਆਪਾਂ? ਬਤਾਲੀ ਹਜ਼ਾਰ ਦੀ ਵਿੱਚ ਹੋਰ ਛੋਟ ਕਰ ਦੋਗੇ ਉਹ ਦੋ ਹੋਰ ਹੀ ਛੋਟ ਸੁਣੋ ਚਾਲੀ ਹਜ਼ਾਰ ਦੀ ਪੂਰੇ ਅੱਛਾ ਪੂਰੇ ਚਾਲੀ ਦੀ ਠੀਕ ਹੈ ਹਾਂਜੀ ਹਾਂਜੀ ਅਸੀਂ ਸਿਰੋਂ ਸੁੱਟਿਆ ਪੰਜਤਾਲੀ ਹਜ਼ਾਰ ਦੀ ਆ ਅੱਛਾ ਤਿੰਨ ਹਜ਼ਾਰ ਹੀ ਛੱਡ ਦਾਂਗੇ ਬਤਾਲੀ
ਝੁੰਗੀ ਆ ਜਿਹੜੇ, ਪਰ ਕੱਦ ਕਾਠ ਜਿਹੜਾ ਪੂਰਾ ਵੱਡਾ ਵਾ ਇਹਦਾ। ਥੱਲਿਓ ਵੀ ਦੇਖ ਸਕਦੇ ਜੇ, ਚੰਗੀ ਤਿਆਰ ਹੋਈ ਆ, ਸੂਈ ਸਵਾਈ ਆ ਇਹਦੇ ਮਗਰ ਵੀ ਵੱਛੀ ਜੇ ਵਿੱਚ, ਇਹਦੀ ਵੱਛੀ ਵੀ ਆਪਾਂ ਤੁਹਾਨੂੰ ਪਹਿਲਾਂ ਹੀ ਦਿਖਾਤੀ ਆ। ਪੂਰਾ ਵੱਡਾ ਕੱਦ ਕਾਠ ਆ, ਭੁੱਡੀ ਵੇਲ ਆ ਜਿਹੜੀ, ਸਿੰਘ ਜਿਹੜੇ ਝੁੰਗੇ ਆ। ਤੇ ਦੱਸੀਏ ਵੀਰ ਜੀ ਇਹਦੇ ਬਾਰੇ। ਵੀਰ ਜੀ ਤੁਸੀਂ ਵੇਖ ਲਿਆ, ਵੇਖੋ ਗੋਆ ਦੀ ਸਾਹਮਣੀ ਖੇ ਕਿਤੇ ਜਿਹੜੀ ਵੱਛੀ ਬਰੀਡ ਦੀ ਹੈ ਝੁੰਗੀ, ਦੂਜਾ ਸੁਭਾਅ ਵੱਛੀ ਦਾ ਆ। ਹਾਂਜੀ ਹਾਂਜੀ, ਵੱਛੀ ਬਹੁਤ ਬਰੀਡ ਦੀ ਆ ਗਈ ਇਹਦੇ। ਹਾਂਜੀ ਹਾਂਜੀ, ਤੇ ਇਸ ਟਾਈਮ ਦਾ ਬਾਹਲਾ ਹੀ ਆ ਨਾ, 16 ਲੀਟਰ ਤੋਂ ਪਲੱਸ ਆ। ਅੱਛਾ, ਤੇ ਦੁੱਧ 25-30 ਲੀਟਰ ਦੀ ਗਰੰਟੀ ਨਾਲ ਕੱਢੇਗੀ ਜੀ, 25-30 ਦੇ ਵਿੱਚ, 25-30 ਦੇ ਵਿੱਚ ਦੁੱਧ ਚੱਲੇਗੀ ਜੇ ਕੋਈ ਸਾਂਭ ਵਾਲਾ ਵੀਰ ਲੈ ਗਿਆ। ਠੀਕ ਹੈ ਜੀ, ਨਾਲ ਚਵਾਤ ਸਮਾਨ ਲਗਾ ਦਾ। ਤੇ ਇਹਦਾ ਕੀ ਮੁੱਲ ਫਿਰ? ਮੁੱਲ ਵੇਖੋ ਜੀ, ਕਿਹਾ ਥੋੜੀ ਜਿਹੀ ਰਾਤ ਜਾਂਦੀ ਵੱਛੀ 1 ਲੱਖ ਰੁਪਏ ਦੀ ਹੈ ਵੀ। ਹਾਂਜੀ, ਪਰ ਆਪਾਂ 1 ਲੱਖ ਨਹੀਂ ਕਰਨਾ, ਨਾ 70,000 ਕਰਨਾ ਹੈ। ਅੱਛਾ, 65 ਵੀ ਨਹੀਂ ਕਰਨਾ। ਅੱਛਾ, 60,000 ਦੀ ਵੱਛੀ ਦੇ ਦਾਂਗੇ। 60,000 ਦੀ, 60,000 ਦੀ ਵੱਛੀ, ਮੌਕੇ ਤੇ ਮਾਨ ਤਾਂ ਹੋਰ ਹੋ ਜਾਊਗਾ। ਬਾਕੀ ਵੀਰ ਕੋਈ ਫੋਨ ਲਾਏ, ਮੌਕੇ ਤੇ ਮਾਨ ਤਾਂ ਕਰਾਂਗੇ ਤੇ ਵੱਛੀ ਦੁੱਧ ਵਾਲੀ। ਅੱਜ ਇਹ ਆ ਕਿ ਖਾਲੀ ਨਹੀਂ ਮੋੜਨਾ ਕਿਸੇ ਨੇ, ਮੋੜਨਾ ਵੈਰਾਈਟੀ ਵੀ ਸਾਰੀ ਹੈ ਤੇ ਦਾਂਗੇ ਭਾਅ ਵੱਟੇ ਨਾਲ। ਫੋਨ ਲਾਵੇ ਕੋਈ, ਮਾਨ ਤਾਂ ਜ਼ਰੂਰ ਹੋਊਗੀ ਸਾਰੀਆਂ ਦੀ। ਹੁਣ ਜਿਹੜੀ ਤੁਹਾਨੂੰ ਤੀਸਰੇ ਨੰਬਰ ਤੇ ਗਾਂ ਤੁਹਾਨੂੰ ਦਿਖਾਉਣੀ ਆ ਥਾਣ, ਇਹਦੇ ਵੀ ਲਾਗੇ ਤੋਂ ਦੇਖ ਸਕਦੇ ਜੀ। ਇਹ ਗੱਬਣ ਆ ਜਿਹੜੀ, ਕਿਨਵਾ ਸੂਆ ਜੇ ਵਿਧੀ ਇਹਦਾ? ਕਿੰਨੇ ਦੁੱਧ ਵਾਲੀ ਜੇ? ਦੁੱਧ ਵੇਖੋ 12-13 ਲੀਟਰ ਵੀ ਭਰੀ ਜਾਏਗੀ, ਸੁਣਦੇ ਨੇ ਕੋਈ 2-4 ਦਿਨ ਲੱਗੀ ਹੋਣਾ ਪਹਿਲਾਂ ਜੀ। ਲਿਆ ਖੋਲੋ ਫਿਰ ਤੋੜ ਦਈਏ। ਲਿਆ ਜੇ ਵਿਧੀ 11-12 ਲੀਟਰ ਦੇ ਕਰੀਬ ਦੁੱਧ ਜਿਹੜਾ, ਇਹ ਵੀ ਕਹਿੰਦੇ ਕਿ ਚਵਾਈ ਜਾਊਗੀ, ਬਾਕੀ ਦੁੱਧ ਵੀ ਇਹਦਾ ਸੰਘਣਾ ਹੋਣਾ ਵਾ। ਤੇ ਇਹਦਾ ਕੀ ਰੱਖੀਏ ਵੀਰ ਜੀ ਫਿਰ ਮੁੱਲ? ਆਪਾਂ ਵਿੱਚ ਮੁੱਲ ਕਰਾਉਂਦੇ ਨਾ, ਭਾਵੇਂ 40 ਕਰਾ ਲਓ, ਭਾਵੇਂ 35 ਕਰਾ ਲਓ। ਹਾਂਜੀ, 32,000 ਦੀ ਦੇਣਾ। 32,000 ਦੀ ਵਿੱਚੋਂ ਕਰਨਾ ਮਾਨ? 2,000 ਹੀ ਹੋ ਛੱਡ ਦਾਂਗੇ ਪੂਰੇ 30 ਦੀ। 30,000 ਦੀ ਜਾਂਦਾ। ਠੀਕ ਆ, ਹੁਣ ਇੱਕ ਹੋਰ ਤਾਜ਼ੀ ਸੂਈ ਦਿਖਾ ਦਈਏ। ਇੱਕ ਹੋਰ ਜਿਹੜੀ ਆ ਤਾਜ਼ੀ ਸੂਈ ਆ ਜਿਹੜੀ, ਇਹਦੇ ਮਗਰ ਕੀ ਜੀ? ਵਰਸ਼ਾ ਮਗਰ ਦੇ ਆ ਗਿਆ ਜੇ, ਪਹਿਲਾ ਸੂਆ ਜੇ 6 ਦੰਦ ਮੂੰਹ ਦੀ ਜੇ। ਅੱਛਾ, ਸਰਦਾਂ ਵਾਲੀਆਂ ਕੰਨੀਆਂ ਉਦਾਂ ਗਲੋਪੀਆਂ ਜੀ ਵੀਰ ਜੀ। ਠੀਕ ਆ, ਥਾਣ ਦੇਖ ਸਕਦੇ ਜੀ, ਕਾਫੀ ਪਿਆਰਾ ਵਾ ਜਿਹੜਾ ਇਹਦੇ ਕੋਈ ਥਾਣ। ਕਿੰਨੇ ਦਿਨ ਹੋਏ ਵੀਰ ਜੀ ਇਹਨੂੰ ਸੂਈ ਨੂੰ? ਇਹਨੂੰ ਸੂਈ ਨੂੰ ਕੋਈ ਅੱਜ 5-6 ਦਿਨ ਹੋ ਗਏ ਜੇ। ਅੱਛਾ, ਤੇ 9 ਲੀਟਰ ਲਾ ਕੇ ਬੜਾ ਬੜਾ ਤਿਆਰ। ਇਹ ਕਿੰਨਾ ਚਵਾਈ ਜਾਊਗੀ?
ਖੋਲੋ ਹਾਂ ਫਿਰ ਤੋਰ ਦਈਏ। ਤੇ ਕੀ ਰੱਖੀਏ ਵਿਜੇ ਦਾ ਮੁੱਲ ਫਿਰ ਆਪਾਂ ਵਿਜੇ 6-10 ਵਜੇ ਮੂੰਹ ਦੀ ਵਸੀ ਠੀਕ ਆ ਕਿੰਨੀਆਂ ਖਲੋਤੀਆਂ ਜੇ ਮੁੱਲ ਕਰਾਉਣੇ ਦਾ ਭਾਵੇਂ 40 ਕਰਾ ਲਓ ਭਾਵੇਂ 42 ਕਰਾ ਲਓ ਅੱਛਾ 35000 ਦੀ ਵੜ ਦੇ ਦਾਂਗੇ 35000 ਦੀ ਮੌਕੇ ਤੇ ਮਾਨਤਾ ਨਾ ਹੋਰ ਕਰ ਦੋਗੇ 3000 ਹੀ ਹੋਰ ਡਾ ਦਾਂਗੇ ਹੁਣੇ ਮੌਕੇ ਤੇ ਕਿ 32000 ਦੀ ਦੇ ਦਾਂਗੇ ਬਾਕੀ ਕੋਈ ਫੂਲ ਆਏ ਵਸੀ ਆਉਂਦੀਆਂ ਨਹੀਂ ਇਹਨਾਂ ਦੀਆਂ ਲੱਭਦੀਆਂ ਨਹੀਂ ਬਾਹਰੋਂ ਠੀਕ ਆ ਹਾਂਜੀ ਅੱਜ ਤੁਹਾਨੂੰ ਵੀ ਜਾਪਣ ਨਾ ਵਖਰੇ ਮਾਲ ਬਾਹਰ ਬੜਾਇਆ ਵੀ ਕਿਉਂਕਿ ਤੁਸੀਂ ਵੀਡੀਓ ਅੱਜ ਲੇਟ ਥੋੜੀ ਬਣਾਈ ਨਾ ਆਹ ਕਾਫੀ ਦਿਨਾਂ ਬਾਅਦ ਅੱਜ ਪਰ ਇਹ ਕਰਕੇ ਮਾਲ ਬਾਹਰ ਹੰਨੀਗਾ ਠੀਕ ਆ ਬਸ ਦੇ ਦਿਆਂਗੇ ਵਸੀਆਂ ਜੀ ਠੀਕ ਆ ਜੀ ਲਿਆ ਫਿਰ ਹੁਣ ਇੱਕ ਰਹਿ ਗਈ ਉਧਰ ਉਸ ਤੋਂ ਬਾਅਦ ਤੁਹਾਨੂੰ ਹੌਲੇ ਪਾ ਹੋਰ ਦਿਖਾਉਂਦੇ ਆ ਹੁਣ ਇੱਕ ਆ ਜਿਹੜੀ ਗੱਬਨ ਵੈੜ ਤੁਹਾਨੂੰ ਦਿਖਾਉਣੀ ਆ ਸੋਹਣੇ ਰੰਗ ਰੰਗੀ ਆ ਅੱਛਾ ਅਜੇ ਪਹਿਲਾ ਸੁਆ ਸੋਹਣਾ ਇਹਨੇ ਥੋੜਾ ਚਲੋ ਕੋਈ ਨੀ ਲੈ ਜਾ ਬਿਲਕੁਲ ਕੱਚੀ ਖੀਰੀ ਆ ਦੋਂਦੀ ਲੱਗੀ ਆ ਜਾ ਠੀਕ ਆ ਮੂੰਹ ਫੜਾਉਣ ਤੋਂ ਕਰਦੀ ਆ ਬਾਕੀ ਕੋਈ ਵੀਰ ਦੰਦ ਵੇਖ ਕੇ ਲੈ ਜੇ ਅੱਛਾ ਬੁਰੀ ਆਦਤ ਨਹੀਂ ਕੋਈ ਨੀ ਬੰਦ ਹੋਵੇ ਜੀ ਇੱਥੇ ਬੰਦ 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 ਬਾਕੀ ਜਗ੍ਹਾ ਵੀ ਚਿਲਕਣ ਵਾਲੀ ਆ ਥੋੜੀ ਥੱਲੇ ਹੁਣ ਤੇ ਪ੍ਰੋਪਰ ਹੁਣ ਤੋਂ ਹੀ ਹੱਥ 'ਚ ਆਉਣ ਵਾਲਾ ਵਾ ਜਿਹੜਾ ਇਹਦਾ ਸਾਂਭੀ ਸੁੰਭੀ ਚੰਗੀ ਰੀਝ ਨਾ ਵਾ ਕਿਸੇ ਨੇ ਤੇ ਇਹ ਕਿੰਨੇ ਕੁ ਦੁੱਧ ਵਾਲੀ ਜੇ ਵੀਰ ਜੀ ਵੀਰ ਜੀ ਵਸੀ ਵੇਖੋ ਬਰੀਡ ਆ ਇਹਨੇ ਟਾਈਮ ਜੇ ਡੇਟ ਨਹੀਂ ਨਾਲ ਲਿਖੀ ਵੇਖੋ 20 ਦਿਨ ਲਾ ਜੇ 25 ਲਾ ਜੇ ਮਹੀਨਾ ਵੀ ਖੜ ਸਕਦੀ ਆ ਅੱਛਾ ਤੇ ਬਾਕੀ ਜਨਾਬ ਤਾਂ ਤਿਆਰ ਆ ਗਈ ਵਸੀ ਦੱਸੇ ਕਿ ਦੁੱਧ 16 17 18 ਲੀਟਰ ਭਰਨ ਵਾਲੀ ਪਹਿਲਨ ਵੈਲ ਅੱਛਾ ਬਿਲਕੁਲ ਕੋਈ ਵੀਰ ਆਏ ਇੱਥੇ ਆਣ ਕੇ ਚੈੱਕ ਕਰੇ ਠੀਕ ਹੈ ਦੁੰਦੀ ਲੱਗਣ ਦੀ ਆ ਜੇ ਠੀਕ ਹੈ ਜੀ ਹਾਂਜੀ ਹਾਂਜੀ ਤੇ ਇਹਦਾ ਮੁੱਲ ਬਾਕੀ ਵੀਰ ਜੀ ਤਾਂ ਅਸੀਂ ਚੱਕਰੇ ਹੁਣ ਥੱਲੇ ਹੋਰ ਦੀ ਹੋਰ ਦਹਾਂ ਨੂੰ ਹੋਰ 15 ਨੂੰ ਹੋਰ ਹਾਂਜੀ ਹਾਂਜੀ ਕੋਈ ਵੀਰ ਸਾਂਭ ਸਕਦਾ ਆ ਅੱਜ ਹਾਂਜੀ ਇਹਨੂੰ ਸਾਂਭਦੇ ਹਿਸਾਬ ਨਾਲ ਤੇ ਮੁੱਲ ਦਾ ਛੱਡ ਕੇ ਉਸ ਹਿਸਾਬ ਨਾਲ ਫੇਰ ਦਾਂਗੇ ਠੀਕ ਬਾਕੀ ਵੀਰ ਕੋਈ ਫੋਨ ਲਾਏ ਫੋਨ ਤੇ ਦੀ ਗੱਲ ਕਰਾਂਗੇ ਅੱਛਾ ਇਹਦੇ ਫੋਨ ਤੇ ਹੋਣੀ ਹੈ ਫੋਨ ਤੇ ਕਰਾਂਗੇ ਬਾਕੀ ਹੁਣ ਦੇ ਹੁਣ ਦੇ ਹਿਸਾਬ ਨਾਲ ਦੇ ਦੇ ਬਾਕੀ ਇੱਧਰ ਆ ਜਾਓ ਕਾਹ ਝੋਟੀ ਆ ਆਪਣੇ ਕੋਲ ਹੁਣ ਖੁਦ ਨਹੀਂ ਕਿ ਮਾਲ ਜ਼ਿਆਦਾ ਵੀਡੀਓ ਵੀ ਲੰਬੀ ਹੋਣ ਦੀ ਆ ਅੱਛਾ ਜੀ ਝੋਟੀ ਆ ਬਣੀ ਨਹੀਂ ਇਹਦੇ ਹੈਗੀ ਅੱਛਾ ਇਹ ਬਿਲਕੁਲ ਭਾਅ ਵਟੇ ਨਾਲ ਦੇ ਦੇਣੀ ਆ ਆਪਾਂ ਅੱਛਾ ਇਹ ਜੇ ਬਣੀ ਨਹੀਂ ਆ ਹਾਂਜੀ ਹਾਂਜੀ ਇਹ ਮੁੱਲ ਕਰਾਉਣ ਇਹਦਾ ਭਾਵੇਂ 35 ਕਰਾ ਲਓ ਭਾਵੇਂ 20 ਕਰਾ ਲਓ 15000 ਦੀ ਦੇ ਦਾਂਗੇ 15000 ਦੀ 15000 ਦੀ ਇਹ ਤਾਂ ਪੂਰੀ ਮੱਝਾਂ ਜਿੱਡੀ ਆ ਮੱਝਾਂ ਜਿੱਡੀ ਆ ਜੀ ਝੋਟੀ ਮੈਂ ਸਾਹ ਕੋਈ ਫੋਨ ਲਾਏ 15000 ਤੇ ਬਾਕੀ ਹੋਰੇ ਮਾਨਤਾ ਨਾਲ ਸੇ ਕਰਾਂਗੇ 15000 ਦੀ ਕਹਿੰਦੇ ਕਿ ਦੇ ਦੇਵਾਂਗੇ ਤੇ ਹਾਂਜੀ ਹਾਂਜੀ ਬਾਕੀ ਆਪਣਾ ਸਾਰਾ ਮਾਲ ਆ ਤੇ ਗਿਫਟ ਰਹਿ ਗਿਆ ਸੱਚਾ ਆਪਾਂ ਇੱਕ ਆਪਾਂ 6000 ਚ ਦੇਣੀ 6 ਲੀਟਰ ਵਾਲੀ ਜਿਹੜਾ ਵਾਦਾ ਕੀਤਾ ਉਹ ਵੀ ਹੁਣ ਸੱਚ ਦੱਸਣਾ ਪੈਣਾ ਆ ਆ ਗਿਆ ਗਿਫਟ ਆਪਣਾ ਬੱਚੀ ਦੇਖੋ ਠੀਕ ਹੈ ਧੀਰੇ ਆ ਕੋਈ ਰੱਸੀ ਪਾਉਣ ਦੀ ਲੋੜ ਨਹੀਂ ਹੈਗੀ ਅੱਛਾ ਹਾਂਜੀ 6 ਲੀਟਰ ਦੁੱਧ ਆ ਅੱਛਾ ਬਸ ਹੋਏਗਾ 6 ਤੋਂ ਆਣ ਕੇ ਚੋ ਕੇ ਖੜੇ ਲਿਓ 6000 ਰੁਪਏ ਨੂੰ ਕਹਿਤਾ ਗਿਫਟ ਦਾਂਗੇ ਪਰ ਇੱਕ ਆਏ ਤੇ ਨੁਕਸ ਪਹਿਲਾਂ ਦੱਸ ਦੇਣਾ ਇੱਕ ਥਾਂ ਚ ਧਾਰਾਂ ਘਟਿਆ ਅੱਛਾ ਇੱਕ ਥਾਂ ਚ ਧਾਰਾਂ ਘਟਿਆ ਹਾਂਜੀ ਹਾਂਜੀ ਕਿਹੜੇ ਥਾਂ ਚ ਧਾਰਾਂ ਘਟ ਅਗਲੇ 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 ਥਾਂ ਚ ਧਾਰਾਂ ਘਟ ਗਏ ਦੇ ਠੀਕ ਹੈ ਜੀ ਬੰਦ ਹੋਵੇ ਜੀ ਤੇ
ਤੇ ਠੀਕ ਹੈ ਵੀਰ ਜੀ, ਹੋਰ ਕੁਛ ਕਹਿਣਾ ਫਿਰ? ਬਸ ਵੀਰ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ। ਬਾਕੀ ਸਾਰੇ ਵੀਰਾਂ ਕੇ ਇਹ ਬੇਨਤੀ ਕਰਦੇ ਆ, ਇੱਥੇ ਜਾਓ, 2 ਡੰਗ, 3 ਡੰਗ, 4 ਡੰਗ ਚਵਾਈ ਕਰੋ, ਆਪਣੀ ਤਸੱਲੀ ਕਰਕੇ ਕਰੋ। ਜੋ ਕਿਹਾ ਜੇ ਲੀਟਰ ਵੀ ਘੱਟ ਹੋਏਗਾ ਇੱਥੇ ਪਸ਼ੂ ਰਹਿੰਦੇ ਨੇ, ਠੀਕ ਹੈ, ਚੈੱਕ ਕਰਕੇ ਕਰੋ, ਕਿਉਂਕਿ ਅਸੀਂ ਰੋਜ਼ ਪਸ਼ੂ ਵੇਚਣੇ ਆ, ਹੇਰਾ ਫੇਰੀ ਨੀ ਕਿਸੇ ਨਾਲ ਕਰਨੀ, ਬਾਕੀ ਕਿਸੇ ਦੇ ਘਰ ਵਾ ਭਰੀਆਂ ਖੱਲਾਂ ਨੇ। ਹਾਂਜੀ ਹਾਂਜੀ, ਐ ਨੀ ਕੱਲ ਨੂੰ ਕਿਸੇ ਨੂੰ ਕੋਈ ਲਾਮਾ ਨਾ ਦੇ ਪਿਆ, ਇੱਥੇ ਆਪਣੀ ਤਸੱਲੀ ਕਰਕੇ ਖੜੇ ਹਨ। ਬਾਕੀ ਜੋ ਕਹਾਂਗੇ ਸੱਚ ਨਿਕਲੇਗਾ। ਠੀਕ ਹੈ ਵੀਰ ਜੀ, ਬਹੁਤ ਬਹੁਤ ਧੰਨਵਾਦ ਜੀ। ਆਹ ਪਸ਼ੂ ਜਿਹੜੇ ਵੀਰ ਜੀ ਹੁਣ ਟੋਟਲ ਕਾਫੀ ਗਿਣਤੀ 'ਚ ਪਕਾਊ ਕੀਤੇ ਆ, ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਤਸੱਲੀ ਕਰਕੇ ਖੜੇ ਜੀ। ਹਾਂਜੀ ਦੋਸਤੋ, ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ।